Exame certo de faeta, tchau, açaí. De açaí, tchau, não se faz. Ih, faeta. Ah. ਮੇਨਲ ਫਸੀ ਖੜੀ ਹੈ ਕਦੇ ਯਾਰ ਕੀ ਹੋ ਜਾ ਗੱਲ ਕੋਈ ਕਹਿਣਾ ਕਹਿਣਾ ਉਹੀ ਹੋ ਦੀ ਗੱਲ ਕਹਿਣੀ ਯਾਰ ਤੂੰ ਉਹਵੇਂ ਬਸ ਸ਼ੁਕਲੀ ਹੈ ਉਹ ਕੋ ਕੁਝ ਕਹਿਣੀ ਬਸ ਮੈਂ ਕੋ ਕੁਝ ਹੈ ਮੈਂ ਸਮਝ ਗਿਆ ਲੋ ਕੀ ਤੂੰ ਕੋਈ ਤਲਾਕ ਦੇਵਣ ਚਾਹੁੰਦਾ ਹੋ ਹੂੰ ਭਾਈ ਜੋ ਦੁਆ ਕਰੋ ਇਹੋ ਕੰਮ ਥੀ ਵਣਿਆ ਦਾ ਤਮਾਮ ਚੰਗਾ ਹਾ ਉਹ ਯਾਰ ਕੀ ਹਰਦਾ ਤੇ ਕੋ ਮੈਂ ਜਿਵੇਂ ਦਫਤਰ ਮੈਂ ਨਾ ਭਾਈ ਜਾਨ ਇਥੋਂ ਦੇ ਕੰਮ ਕਾਰੀ ਮੈਂ ਕਰਾਂ ਜਿਵੇਂ ਘਰ ਕੋ ਦਾ ਸਾਰੇ ਕੰਮ ਮੈਂ ਕਰਨੇ ਪੰਦੇ ਘਰ ਤੇ ਅੱਛਾ ਹਾ ਵੀ ਤੇਰੀ ਕਹੀ ਕੰਮ ਕੋ ਹੱਥ ਕਰੇ ਲੈਂਦੀ ਅਫਸਰ ਬਣ ਤੇ ਬੈਠੀ ਏ ਛੀ ਜੁੱਤੀ ਲੈਂਦੀ ਭਾਈ ਜਾਨ ਸੁੱਤਾ ਪਿਆ ਹਾਂ ਉੱਤੇ ਪਾਣੀ ਵਾਲੀ ਕਾ ਚਾਹ ਤੇ ਬਿਸਕਟ ਚਾਹੀ ਖੜੀ ਹੈ ਸਹੀ ਉੱਟੀ ਪੋ ਚਾਹ ਠਰਦੀ ਪੀਏ ਕਿਆ ਹੈ ਮੁਕਾਲਾ ਟੀਵੀ ਸੁਮਣੀ ਨਹੀਂ ਨੇ ਨਾ ਨੇ ਹਰਾਮ ਕੀਤੀ ਖੜੀ ਉਹ ਨਾਸ਼ਤਾ ਕਰ ਗਈ ਨਾ ਮੈਂ ਬੜਾ ਦਫਤਰ ਚਲਾਵੇ ਸਾ ਨਾ ਦਫਤਰ ਤੂੰ ਵਣੇ ਮੈਂ ਤੇ ਕਹਿ ਰਿਹਾ ਦਫਾ ਦੀ ਵਨ ਚਾਹ ਰੱਖਤੇ ਅੱਜ ਦਾਦੀ ਇੱਜ਼ਤ ਬਣ ਸੇ ਭਾਈ ਜਾਨ ਜੇ ਥਾਵਣ ਵਣਿਆ ਨਾ ਮੈਂ ਵਾਸ਼ਰੂਮ ਓਏ ਹੋਏ 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 ਇਹਨੇ ਬਾਹਰੋਂ ਤੌਲਿਆ ਤੇ ਕੱਪੜੇ ਚਈ ਖੜੀ ਹੈ ਜਿਵੇਂ ਧਮਸਾ ਹੂੰ ਵੇਲੇ ਮੈਂ ਤੌਲਿਆ ਇਹ ਕੁੜੇ ਸੇ ਕੱਪੜੇ ਮੇ ਹੂੰ ਵੇਲੇ ਪੇਸ਼ ਕਰੇ ਸੇ ਕਾਲਾ ਤੀ ਵੀ ਤੌਲਿਆ ਤੇ ਦੇ ਜੇ ਅੱਜ ਆ ਚਈ ਖਣਾ ਸੀ ਤੌਲਿਆ ਇੱਕ ਨੋ ਇੱਕ ਨੋ ਵਾਹ ਸੋਣਾ ਵਾਹ ਕੱਪੜੇ ਵੀ ਨੇ ਕੱਪੜੇ ਚਈ ਖਣਾ ਸੀ ਮੈਨੂੰ ਪਤਾ ਨਹੀਂ ਸੀ ਕੱਪੜੇ ਇੱਕ ਨੋ ਇੱਕ ਕੱਪੜੇ ਜਾ ਆਇਆ ਇੱਕ ਨੋ ਮੈਂ ਚਾਹ ਸਰਦੀ ਤੇ ਬਚਾ ਦੇ ਕਿ ਨਾ ਭਈ ਜਾਨ ਬੀਆ ਤਾਂ ਬੀਆ ਜਿਹੜੇ ਮੇਰੇ ਕੱਪੜੇ ਨੇ ਹਰ ਟਾਈਮ ਇਸਤਰੀ ਕਰਕੇ ਹੈਂਗਰ ਦੇ ਵਿੱਚ ਲਾ ਤੇ ਅੰਦਰ ਅਲਮਾਰੀ ਵਿੱਚ 8 ਤੋਂ 10 ਸੂਟ ਫਿੱਟ ਫਾਟ ਖੜੇ ਰਹਿੰਦੇ ਨੇ ਵਾਹ ਸੋਣਾ ਵਾਹ ਨੌਕਰ ਦਾ ਨੌਕਰ ਪੈ ਦਾ ਪੈ ਬਈ ਜਾਨ ਜਿਹੜੇ ਕੰਮ ਤੂੰ ਦੱਸੀ ਨਾ ਇਹ ਸਾਰੇ ਕੰਮ ਮੇ ਉੱਪਰ ਨੇ ਬੰਦੇ ਦੇ ਘਰ ਦੇ ਵਿੱਚ ਤੇ ਕੱਪੜੇ ਤੇ ਜੁੱਤਿਆਂ ਤੇ ਬਰਤਨ ਤੇ ਬੁਹਾਰਿਆ ਨਾ ਪੁੱਛ ਜਿਹੜਾ ਮੈਂ ਜ਼ਲੀਲ ਥਿਆ ਵਦਾ ਕੋਈ ਮਸਲਾ ਨਹੀਂ ਵਕਤ ਦੇ ਨਾਲ ਨਾਲ ਬਲਾ ਕਲਾ ਵੀ ਦੀ ਰਾਂਦੀ ਏ ਓਏ ਭਾਈ ਨੂੰ ਨਹੀਂ ਆਂਦੀ ਅਕਲ ਬੜਾ ਸਮਝਾਇਆ ਮੂੰਹ ਕੋ ਮੈਂ ਨਹੀਂ ਆਂਦੀ ਅਕਲ ਕੋ ਮੈਂ ਇੱਕ ਮੇਰਾ ਕੰਮ ਕਰ ਚਾ ਤੁਸੀਂ ਮੇਰਾ ਯਾਰ ਇਹ ਤਾਂ ਮੈਂ ਭਜੇ ਤੇਰੀ ਖਨਮ ਦਾ ਤੂੰ ਭਜੇ ਕੋ ਆ ਗੂੰ ਕੋ ਸਮਝਾਵੇ ਜਾ ਯਾਰ ਮੇਰੀ ਘਰ ਵਾਲੀ ਸ਼ੁਰੂ ਤੂੰ ਮੇ ਕੋ ਖਾਤੇ ਚ ਨਾ ਲਿਖਦੀ ਆਈ ਐ ਜਾ ਭਾਈ ਜਾਨ ਵਾਲਾ ਮੈਂ ਧਬਕਾ ਰੱਖਿਆ ਮੈਂ ਸੇ ਕੰਬਦੀ ਏ ਘਰ ਵੰਜਾ ਇਵੇਂ ਮੈਂ ਤੜਪਾ ਕੂੜੇ ਕੂੜੇ ਬਦਵਾ ਕਰ ਵੇ ਯਾਰ ਮੈਂ ਕੋਈ ਹੋ ਜੇ ਮੈਂ ਬਲਕਿ ਇਹ ਹਾਈ ਮੈਂ ਥੀ ਵੰਜੇ ਨਾ ਮੇਰੇ ਨਸੀਬ ਖੁੱਲ ਵੇ ਸੀ ਵੇ ਯਾਰ ਅੱਜ ਅਸਾਂ ਵਾਲਾ ਦੇ ਗਾਸੋ ਅੱਜ ਨਹੀਂ ਅੰਦੇ ਪਿਓ ਸਾ ਨਾ ਨਾ ਅੱਜ ਨਾ ਕੁੱਲੂ ਚਾ ਵੀ ਸਬਰ ਕਰ ਗਏ ਸ਼ਾਇਦ ਵਕਤ ਦੇ ਨਾਲ ਠੀਕ ਥੀ ਸਕਦੀ ਏ ਮੈਂ ਅਗਰ ਟਾਈਮ ਦਾ ਮੈਂ ਫੌਤ ਥੀ ਵੇ ਸਾਇਰੇ ਅੱਜ ਅੰਦੇ ਪਿਓ ਸਾਇਰੇ ਮੈਂ ਦਫਤਰ ਜਿਵੇਂ ਨਿਕਲਦਾ ਪਿਆ ਬਸ ਜਈ ਤੇਰੇ ਕੋ ਖੇਨ ਤੇ ਸਿੱਧਾ ਉਹ ਨਹੀਂ ਤੇਰੇ ਘਰ ਫੋਨ ਕਰਦੇ ਆਵੀਂ ਪਤਾ ਨਹੀਂ ਸ਼ਾਇਦ ਮੈਂ ਉਹ ਘਰ ਨਾ ਆਵਾਂ ਅੰਦੇ ਪਿਓ ਬਸ ਫੋਨ ਠੀਕ ਆ ਸਮਝ ਗਏ ਚਲੋ ਠੀਕ ਹੈ ਵਲਾ ਆ ਮਨੀ ਜੋ ਕੋਈ ਗੱਲ ਤਾਂ ਆਪਣਾ ਕਰ ਰਹੇ ਆ ਖੈਰੇ ਬੜੇ ਸੋਹਣੇ ਲੱਗਦੇ ਬੇ ਤੇਰੇ ਪਾਰਲਰ ਤੇ ਗਿਆ ਵੇਗਾ ਮੇਕਅਪ ਬੜਾ ਮੈਂ ਅੰਧਾ ਥੀ ਗਈ ਤਾਂ ਖੁਦ ਨਹੀਂ ਮੇਕਅਪ ਕਰੇ ਨੀ ਉਹਦੀ ਪੁੱਛਾ ਮਤ ਕਰੇ ਨਾ ਬਈ ਨਾ ਨਾ ਉਹ ਕਹਿੰਦੀ ਵੈਸੇ ਮੈਂ ਕਿਹਾ ਮੇਕਅਪ ਬੜਾ ਬੜਾ ਨਿਕਲਿਆ ਨਿਕਲਿਆ ਲੱਗਦਾ ਪਿਆ ਮੈਂ ਕਿਹਾ ਸ਼ਾਇਦ ਪਾਰਲਰ ਤੋਂ ਚੱਕਰ ਲਾਏ ਵੇ ਸਾਰੀ ਤਰ੍ਹਾਂ ਪਿਆਰ ਨਾਲ ਅਲਾਵਾ ਕਿਦਾ ਕਰੋ ਹਰ ਵੇਲੇ ਸੜੇ ਸੜੇ ਰਹਿੰਦੇ ਵੇ ਉਹ ਸੋਹਣੇ ਲੱਗਦੇ ਮੈਂ ਵੀ ਤੇ ਸੋਹਣੀ ਲੱਗਦੀ ਆ ਹਾਏ ਕਿਵੇਂ ਨਹੀਂ ਲੱਗਦੇ ਸੋਹਣੇ ਲੱਗਦੇ ਵੇ ਤਾਂ ਜ਼ਿੰਦਗੀ ਤੋਂ ਨਾਲ ਗੁਜ਼ਰੇ ਨੇ ਸ਼ਾਮਤ ਕਰੇ ਨਾ ਵੀ ਦੱਸ ਕੰਮ ਕੀ ਹੈ ਹੁਣ ਤੱਕ ਅਸਲ ਕੰਮ ਇੱਕ ਛੋਟਾ ਜਿਹਾ ਆਈ ਅਗਰ ਨਾਰਾਜ਼ ਨਾ ਤੀ ਹੋਤਾ ਅਸਲ ਇਹ ਨਾ ਇਹ ਘਰੇ ਜੋ ਮਰਜ਼ੀ ਥੀਵੇ ਪਿਆ ਨਾ ਬੰਦੇ ਕੋ ਕੁਝ ਨਹੀਂ ਹੋਤੀ ਦਾ ਦਫਤਰ ਦੇ ਵਿੱਚ ਇੱਕ ਬੇਦੇ ਸਾ ਇੱਜ਼ਤ ਬਣਾਉਣੀ ਹੁੰਦੀ ਹੈ ਸਾਰੇ ਦੋਸਤੇ ਆਪਣੇ ਕੁਲੀ ਕੇ ਨਾਲ ਇੱਕ ਦੇ ਨਾਲ ਮੈਂ ਇਹ ਦੋਸਤ ਦੇ ਕੋਈ ਇੱਜ਼ਤ ਬੜਾ ਬਿਠਾ ਜੋ ਮੇਰੀ ਘਰ ਵਾਲੀ ਜਿਹੜੀ ਨਾ ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ ਤੇ ਘਰ ਦੇ ਸਾਰੇ ਕੰਮ ਉਹ ਕਰਦੀ ਹੈ
ਬਲਾ ਮੈਂ ਹੁਣ ਇੱਕ ਦਾਵਤ ਦੇ ਬੈਠਾ ਉਹ ਆਪਣੀ ਨਾ ਘਰ ਵਾਲੀ ਨਾਲ ਆਉਣ ਚਾਹੁੰਦੇ ਤੁਸੀਂ ਇੱਕ ਮਿਹਰਬਾਨੀ ਕਰੀ ਜੋ ਜੇ ਉਹ ਆਵਣ ਨਾ ਬਸ ਸਿਰਫ 15 ਤੋਂ 20 ਮਿੰਟ ਜਿਹੜੇ ਉਹ ਬਸ ਹੈ ਤੂੰ ਆ ਮੇਰੀ ਇੱਜ਼ਤ ਪੜਵਾ ਛੁੜੀ ਜੋ ਚਾਹ ਤੂੰ ਸਦਾ ਪੱਕੀ ਜੋ ਤੇ ਜਿਵੇਂ ਫਰੋਟੀ ਤੋਂ ਸਾਰਾ ਕਰੀ ਜੋ ਮੇਰੀ ਇੱਜ਼ਤ ਪਾਣ ਪੰਸੇ ਦੇ ਮਹਿਮਾਨ ਇਤਨਾ ਕੋਈ ਕੰਮ ਚੋਰ ਹੈ ਕੋਈ ਮਨਹੂਸ ਕੋਈ ਕੰਮ ਕਿਆ ਨੀ ਕਰੇ ਨਾ ਸਾਰਾ ਡੀ ਵੇਲਾ ਵਧਾ ਰਹਿੰਦੇ ਇੱਕ ਦੀ ਚਾਹ ਕਿਆ ਬਿਟੀ ਜੀ ਇੱਕ ਆਖ ਪੋਚੀ ਮਾਰ ਅੱਛਾ ਇਵੇਂ ਹੀ ਕੰਮ ਚੋਰ ਇਤਨਾ ਮੈਂ ਤੇ ਕੋ ਕਿਆ ਦੱਸਾਂ ਪਤਾ ਨੀ ਮਨਹੂਸ ਨਾਲ ਕਿਵੇਂ ਰਾਂਦੀ ਪਈ ਮੈਂ ਸਹੀ ਕਰਦੇ ਹੋ ਬਾਜੀ ਤੁਸੀਂ ਮਰਦਾਂ ਨੂੰ ਮਰਦਾਂ ਦੀ ਔਕਾਤ ਤੇ ਰੱਖੀਦਾ ਇਹਨਾਂ ਨੂੰ ਜ਼ਿਆਦਾ ਸਿਰ ਤੇ ਨਹੀਂ ਚੜਾਈਦਾ ਮਤਲਬ ਭਾਈ ਨਾਲ ਤੁਸਾਂ ਵੀ ਕਿਵੇਂ ਰਾਂਦੇ ਹਾਂ ਛੁਰੀ ਨਾਲ ਆਪਣੀ ਭਈ ਛੁਰੀ ਸਹੀ ਮੈਂ ਜੋ ਛੁਰੀ ਦਾ ਬੇਰਾ ਬਦਾਮ ਰਾਕੀ ਦੀ ਨਾਲ ਮੰਨ ਚਾਹ ਬਣਾਤੇ ਆ ਜਲਦੀ ਬਣ ਜੇ ਜਾ ਬੜਾ ਕਿੰਦ ਹੋ ਜਾ ਜਿੱਚਾ ਮੇਰੇ ਨਾਲ ਬੜੀ ਮਜ਼ਾਕ ਕਰ ਲੈਂਦੀ ਕਿਆ ਹੈ ਕਿਉਂ ਕਿਆ ਵਾਸਤੇ ਚਾਤੀ ਜਲਦੀ ਬਣ ਚਾਹ ਬਣਾਤੇ ਆ ਮਹਿਮਾਨ ਭਾਜੀ ਇਹ ਸਾਡੀ ਬੜੇ ਆਪਸ ਵਿੱਚ ਮਜ਼ਾਕ ਕੀ ਸਾਡੀ ਅੱਛਾ 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 ਦੇਖਦੇ ਤੂੰ ਬੜਾ ਮਜ਼ਾਕ ਕੀ ਤਾ ਤੂੰ ਕਿਹੜੀ ਸਖਤੀ ਬਾਤ ਆ ਗਿਆ ਕਿਹੜੀ ਉਹ ਮਨਹੂਸ ਖੜੀ ਹੈ ਜਗਨ ਮੈਂ ਮੇਰੇ ਬਤੋੜੀ ਉੱਪਰ ਨਹੀਂ ਜਿੱਤੇ ਘਰ ਖੇਨਾ ਆ ਚਲੋ ਘਰ ਦੇ ਵਿੱਚ ਜਿਹੜੀ ਬੇਇੱਜ਼ਤੀ ਜਿਹੜੀ ਖੜੀ ਹੈ ਉਹ ਤਾਂ ਕਹੀ ਉਹਨਾ ਪਤਾ ਹਾ ਇਹ ਬੇਟੜੇ ਥੋਰ ਨੇ ਪੁੱਤ ਕੋ ਬੰਦਾ ਵਤ ਰਿਹਾ ਨਾ ਇਹ ਤਾਂ ਪੂਰੇ ਦਫ਼ਤਰ ਵਿੱਚ ਭੰਡਕੀ ਬੰਦੇ ਸੇ ਜੋ ਘਰ ਵਾਲੀ ਸਾਰੇ ਕੰਮ ਹੀ ਕਰੂ ਕਰਵੇ ਦੀ ਅੱਜ ਮੇਰੇ ਕਿਤੇ ਕੋਈ ਮਨਹੂਸ ਵੀ ਹੈ ਜਿਲਾ ਮਿਆ ਅਬੇ ਚਾਹ ਚਾਹ ਵਾ ਮੁਕਾਲਾ ਟੀਵੀ ਆਇਆ ਆਇਆ ਸਹੀ ਪਾਸੇ ਚਾਹ ਦਾ ਉਹ ਲਾ ਕੇ ਤੂੰ ਜਾਣਦਾ ਮੈਂ ਹੁਣੇ ਚਾਹੀ ਜਾਂਦਾ ਚਾਹੀ ਜਾਂਦਾ ਦੇ ਦੇ ਲੈ ਕੱਪ ਇੱਕ ਸਹਾਰ ਪਾ ਦੇ ਜਿੰਦਾ ਕਰਵਾ ਰੱਖੇ ਸੀ ਨਾ ਖਾ ਕੀ ਹੋ ਗਿਆ ਤੈਨੂੰ ਆਰਾਮ ਨਾਲ ਖੰਦਾ ਉਹ ਪਿਆ ਹੁਣ ਮੈਂ ਕਿਆ ਬਿਲਾ ਤੇ ਜਾ ਕੇ ਸ਼ੋਹਾ ਹੀ ਹੋ ਜਾਂਦਾ ਆਰਾਮ ਨਾਲ ਖਾ ਠੀਕ ਨੂੰ ਨਹੀਂ ਖੰਦੇ ਬੜਾ ਬੜਾ ਕਿਆ ਸੇ ਇਹ ਨਾ ਚਾਹ ਕੀ ਨਾ ਚਾਰ ਕੱਪ ਕਿਆ ਵਸ ਚਾਤੇ ਇਹ ਮੈਂ ਕਿ ਚਲੋ ਮੈਂ ਚੁਸਕੀ ਲਾ ਕੇ ਇਨਸਾਨ ਦੀ ਬਾਹਰ ਇਤਾ ਕਿਆ ਵਸ ਬਾਦ ਵਿੱਚ ਚੱਲ ਵਨ ਵਨ ਤੇ ਵਾਸ਼ਰੂਮ ਸਾਫ਼ ਕਰ ਆਈ ਸਮਝ ਕਿਆ ਹੈ ਵਾਸ਼ਰੂਮ ਵਾਸ਼ਰੂਮ ਵਿੱਚ ਇਤਨੀ ਗੰਦੀ ਸਮੈਲ ਆਣੀ ਕਿ ਤੇ ਗੋਨੀਆਂ ਦੀ ਘੰਟਾ ਘੰਟਾ ਦੁੱਥਾ ਬੜਾ ਰਾਨੀ ਚੱਲ ਵਨ ਪਹਿਲੇ ਵਨ ਤੇ ਵਾਸ਼ਰੂਮ ਸਾਫ਼ ਕਰ ਕਰ ਗਿੰਦੂ ਮਹਿਮਾਨ ਵੇਸਨ ਪੇ ਤਾਂ ਮਹਿਮਾਨ ਵੇਸਨ ਪੇ ਬੈਠੇ ਤੇ ਵਨ ਤੂੰ ਮੈਂ ਕਰ ਗਿੰਦਾ ਕੋਈ ਗੱਲ ਨਹੀਂ ਪਹਿਲੀ ਵਾਰ ਪਹਿਲੇ ਵਨ ਤੇ ਵਾਸ਼ਰੂਮ ਸਾਫ਼ ਕਰ ਦਿਓ ਚੱਲ ਵਨ ਆਰਾਮ ਕੀ ਤਾ ਗੱਲ ਮਜ਼ਾਕ 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 ਕਰ ਰਹੀ ਹੈ ਲੱਗਦਾ ਫੇ ਮੇਰੀ ਦਾਦਾ ਦੀ ਕਰਤੀ ਨਾਲ ਬੜੀ ਮਜ਼ਾਕੀ ਹੈ ਯਾਰ ਬੜੇ ਬੜੇ ਮਜ਼ਾਕ ਕਰ ਸਾਰੀ ਵੇ ਕਰ ਰਹੀ ਹੈ ਚਲੋ ਚਲੋ ਮੈਂ ਵਾਸ਼ਰੂਮ ਧੋ ਦਿਓ ਜੇ ਜੇ ਤੋ ਕਿੰਦਾ ਮੈਂ ਇੱਕ ਬਿਸਕੁਟ ਖਾ ਗਈ ਨਾ ਮੈਂ ਤੋ ਕੋਕੇ ਨਹੀਂ ਪੇਰਾ ਮੈਂ ਵਾਸ਼ਰੂਮ ਧੋ ਦਿਓ ਤੇ ਕੋ ਸਮਝ ਆ ਗਈ ਹੋਸੀ ਨਾ ਹਾਂ ਕੋਈ ਨਹੀਂ ਕੋਈ ਧੋ 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 ਸਾਰੀ ਬੜੀ ਇੱਕ ਪੇ ਨਾਲ ਮਜ਼ਾਕ ਦੇ ਆਦਾ ਤੇ ਹਾਂ ਧੋ ਧੋ ਇਜ਼ੀ ਥੀ ਤਾ ਮੈਂ ਵਾਸ਼ਰੂਮ ਧੋਣਾ ਪਿਆ ਤੇ ਤੋਲਿਆ ਤੂੰ ਸਾਫ ਚਾਹੀਏ ਵੀ ਜੋ ਆਪਣਾ ਇਜ਼ੀ ਥੀ ਤੋ ਧੋ ओके जी अल्लाह हाफिज पाजी तब मिल के बहुत मजा आया ठीक है भाई जी ठीक है भाभी अल्लाह हाफिज चलो हां चलो बेने पे हो हां बेने पे यार ठीक है भाई ओके भाई अल्लाह हाफिज अल्लाह हाफिज पाजी ही मैं तो छोड़ भाई यार
ਇਹ ਕੰਮ ਕਹਿਣਾ ਕਰਨਾ ਘਰ ਦੇ ਵਿੱਚ ਬਾਥਰੂਮ ਧੋਣ ਵਾਲਾ ਤੂੰ ਹੁਣ ਤੇਰੇ ਵਿਆਹ ਤੇ ਮੈਂ ਉਹ ਕਰਨਾ ਪੁੱਤ ਘਰ ਦੇ ਵਿੱਚ ਓ ਯਾਰ ਮੰਮੀ ਮੰਨੇ ਦੀ ਉਹ ਡੈਣ ਕਿਆ ਕਰੂੰ ਹੁਣ ਘਰ ਦੇ ਵਿੱਚ ਖੁਆਰੀ ਮੈਂ ਦਾਦਾ ਨੂੰ ਫਾਇਰ ਮਾਰੂ ਗੰਦਾ ਕਿਤੇ ਦਫ਼ਤਰ ਦਾ ਸ਼ੋਭੜੇ ਦਾ ਨਾਮ ਹੈ ਮੈਂ ਆ ਮੈਂ ਮੂੰਹ ਆ ਗਿਆ ਅੱਛਾ ਹੁਣ ਜੀ ਤੇਰੀ ਮਿਹਰਬਾਨੀ ਦਫ਼ਤਰ ਤੂੰ ਕਹੀ ਗੁਨਾ ਦੱਸੀ ਬੇਇੱਜ਼ਤੀ ਖਰਾਬ ਨਹੀਂ ਬਣੀ ਅੱਛਾ ਗੱਲ ਸੁਣ ਮੈਂ ਕਹੀ ਬਣਾ ਕਰਨਾ ਦਫ਼ਤਰ ਤੂੰ ਵੀ ਨਾ ਕਰੇ ਕੋਈ ਗੱਲ ਕਰ ਠੀਕ ਹੈ ਉੱਥੇ ਸ਼ੇਰ ਬਾਟ ਰਹਾ ਮੈਂ ਦਫ਼ਤਰ ਕਿਆ ਖਿੰਦਾ ਕਿਉਂ ਪਈ ਵਕੀਲ ਦਾ ਇਨਸਾਨ ਗੁਰੂ ਪਿਆ ਮੇਰੀ ਜਿਹੜੀ ਥੀਂਦੀ ਥੀਂਦੀ ਹੈ ਜਿਹੜੀ ਤੇਰੀ ਕੁੱਤਿਆਂ ਦੀ ਥੀਂਦੀ ਹੈ ਨਾ ਇਹਦੀ ਕੋਈ ਮਿਸਾਲ ਹੀ ਕਹਿਣੀ ਸਵੇਰੇ ਆਵੀ ਦਫ਼ਤਰ ਸਵੇਰੇ ताज़ा तरीन अपलोड्स की नोटिफिकेशन हासिल करने के लिए हमारे चैनल को सब्सक्राइब करें और साथ में दिए गए घंटी के निशान को दबाना ना भूलें।